ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਆਪਾਂ ਜਿਹੜੀ ਕਿਸਾਨ ਵੀਰੋ ਲਗਾਤਾਰ ਹੁਣ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਜਿਦੇ ਵਿੱਚ ਬੀਜ ਦੀ ਸੋਧ ਬਾਰੇ ਸਿੱਧੀ ਬਿਜਾਈ ਬਾਰੇ ਜਿਹੜੀਆਂ ਵੈਰਾਈਟੀ ਵਾਈਜ਼ ਆ ਪਨੀਰੀ ਬੀਜਣ ਦੇ ਟਾਈਮ ਬਾਰੇ ਉਹ ਡਿਟੇਲ ਦੇ ਵਿੱਚ ਜਾਣਕਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਸਾਂਝੀਆਂ ਕਰਾਂਗੇ ਚਾਹੇ ਉਹ ਨਰਮੇ ਬਾਰੇ ਜਾਂ ਮੱਕੀ ਬਾਰੇ ਸਵਾਲ ਹੋਣ ਇਸ ਵੀਡੀਓ ਦੇ ਵਿੱਚ ਆਪਾਂ PR126 ਕਿਸਮ ਜਿਹੜੀ ਕਿ ਕਾਫੀ ਜ਼ਿਆਦਾ ਰਕਬੇ ਦੇ ਵਿੱਚ ਲੱਗਣ ਜਾ ਰਹੀ ਹੈ ਕਿਸਾਨ ਵੀਰ ਸਿੱਧੀ ਬਿਜਾਈ ਜਾਂ ਜਿਹੜੀ ਪਨੀਰੀ ਵਿਧੀ ਦਰਾਈ ਜਿਹੜੀ ਲਵਾਈ ਹੈ ਉਹ ਕਾਫੀ ਦਿਲਚਸਪੀ PR126 ਕਿਸਮ ਦੇ ਵਿੱਚ ਹੈਗਾ ਕਿਉਂਕਿ ਪਿਛਲੀ ਵਾਰ ਬਹੁਤ ਵਧੀਆ ਝਾੜੇ ਨੇ ਦਿੱਤਾ 90 ਮਾਣ 92 95 98 ਮਾਣ ਤੱਕ ਗਈ ਹੈ ਠੀਕ ਹੈ ਕਿਸੇ ਸਮਾਂ ਦੇ ਉੱਤੇ ਗਈ ਕਿਸਾਨ ਵੀਰਾਂ ਦਾ 80 ਮਾਣ ਵੀ ਰਹਿ ਜਾਂਦਾ ਹੈ 85 ਮਣ ਵੀ ਰਹਿ ਜਾਂਦਾ ਹੈ। ਕਈ ਥਾਵਾਂ ਦੇ ਉੱਤੇ 90 95 ਵੀ ਆ ਜਾਂਦਾ ਹੈ। ਕਈ ਥਾਵਾਂ ਤੇ 75 ਵੀ ਹੋ ਜਾਂਦਾ ਹੈ। ਉਹ ਜਿਹੜਾ ਹੈਗਾ ਡਾਟ ਆਪਣੀ ਦੇਖਭਾਲ ਦੇ ਹਿਸਾਬ ਦੇ ਨਾਲ ਆਪਦੀ ਜ਼ਮੀਨ ਦੇ ਹਿਸਾਬ ਦੇ ਨਾਲ 20 ਦੇ ਹਿਸਾਬ ਦੇ ਨਾਲ ਹੁੰਦਾ। ਪਰ ਇਹ ਕਿਸਮ ਬਹੁਤ ਵਧੀਆ ਝਾੜ ਦੇਣ ਵਾਲੀ ਕਿਸਮ ਆ ਘੱਟ ਖਰਚੇ ਦੇ ਵਿੱਚ। ਘੱਟ ਡਿਊਰੇਸ਼ਨ ਦੇ ਵਿੱਚ ਪਾਣੀ ਦੀ ਬਚਤ, ਬਿਜਲੀ ਦੀ ਬਚਤ, ਖਰਚੇ ਦੀ ਬਚਤ, ਖੇਚਲ ਦੀ ਬਚਤ, ਵਾਧੂ ਜਿਹੜੀਆਂ ਖਾਦਾਂ ਦਾ ਬੋਝ ਪੈਂਦਾ ਉਹਦੀ ਬਚਤ, ਕੀਟਨਾਸ਼ਕ ਦਵਾਈਆਂ ਦਾ ਵਾਧੂ ਬੋਝ ਪੈਂਦਾ ਉਹਦੀ ਬਚਤ ਤੇ ਕਵਾਲਿਟੀ ਆਪਾਂ ਨੂੰ ਵਧੀਆ ਮਿਲਦੀ ਪਰ ਇਹਦੇ ਵਿੱਚ ਜਿਹੜੇ ਮੁੱਖ ਨੁਕਤੇ ਐ ਜਿਹੜੇ ਆਪਾਂ ਚਾਰ ਨੁਕਤੇ ਕਿਸਾਨ ਵੀਰੋ ਤੁਸੀਂ ਬਣਾ ਲਓ ਪੂਰੇ ਧਿਆਨ ਦੇ ਨਾਲ ਝਾੜ ਤੁਹਾਡਾ ਜਿੰਨਾ ਤੁਸੀਂ ਮਤਲਬ ਚਾਹੋਗੇ ਆਪਾਂ ਜਿਹੜਾ ਕਹਿ ਸਕਦੇ ਹਾਂ ਨਾ ਕਿ ਜਿੰਨਾ ਆਪਾਂ ਮਨ ਦੇ ਵਿੱਚ ਸੋਚਿਆ ਉਹਨਾਂ ਤੁਸੀਂ ਲੈ ਸਕਦੇ ਆ ਨੁਕਤੇ ਉਹ ਕਿਹੜੇ-ਕਿਹੜੇ ਐ ਗੌਰ ਕਰਿਓ ਸਭ ਤੋਂ ਪਹਿਲਾ ਨੁਕਤਾ ਬੀਜ ਤੁਸੀਂ ਚਾਹੇ ਘਰ ਦਾ ਰੱਖਿਆ ਤੇ ਚਾਹੇ ਤੁਸੀਂ ਕਿਤੋਂ ਖਰੀਦ ਰਹੇ ਜੇ ਬਾਰੋਂ ਖਰੀਦ ਰਹੇ ਪੱਕਾ ਬਿੱਲ ਲਵੋ ਜਾਂ ਤੁਸੀਂ ਪੀਏਯੂ ਲੁਧਿਆਣਾ ਤੋਂ ਜਾਂ ਖੇਤੀ ਵਿਗਿਆਨ ਕੇਂਦਰ ਤੋਂ ਲਿਆ ਤਾਂ ਬਹੁਤ ਹੀ ਵਧੀਆ ਗੱਲ ਹੈ ਬੀਜ ਦੀ ਸੋਧ ਬਹੁਤ ਜ਼ਰੂਰੀ ਆ ਪਹਿਲੇ ਨੰਬਰ ਤੇ ਸੋਧ ਬਾਰੇ ਵੱਖਰੀ ਵੀਡੀਓ ਪਾਵਾਂਗੇ ਪਰ ਸੋਧ ਬੜੀ ਜ਼ਰੂਰੀ ਹੈ ਇਹ ਧਿਆਨ ਦੇ ਵਿੱਚ ਰੱਖਿਓ ਜਿਹਦੇ ਵਿੱਚ ਆਪਾਂ ਹਲਕਾ ਬੀਜ ਸਾਈਡ ਦੇ ਉੱਤੇ ਕੱਢਣਾ ਹੁੰਦਾ ਚਾਹੇ ਆਪਾਂ ਉਹਦੇ ਵਿੱਚ ਉਲੀਨਾਸ਼ਕ ਜਾਂ ਐਂਟੀਬਾਇਓਟਿਕ ਜਿਹੜਾ ਹੈਗਾ ਐਂਟੀਬੈਕਟੀਰੀਅਲ ਲਾਉਣੇ ਅਗਲਾ ਨੁਕਤਾ ਬਹੁਤ ਜ਼ਰੂਰੀ ਪਨੀਰੀ ਬੀਜਣ ਦਾ ਟਾਈਮ ਨਿਰਧਾਰਤ ਕਰਨਾ ਪਈ ਇਹ ਜੁ ਲੁਧਿਆਣਾ ਵੱਲੋਂ ਜਿਹੜਾ ਟਾਈਮ ਦਿੱਤਾ ਗਿਆ ਕਿਉਂਕਿ ਕੋਈ ਕਿਸਾਨੂਆਂ ਦਾ ਰਕਬਾ ਜਿਆਦਾ ਹੁੰਦਾ ਜਿਆਦਾ ਟਾਈਮ ਲੱਗਦਾ ਇਸ ਕਰਕੇ ਪਨੀਰੀ ਆਪਾਂ ਨੂੰ 2-3 ਵਾਰ ਬੀਜਣੀ ਮਤਲਬ ਸ਼ਿਫਟਾਂ ਦੇ ਵਿੱਚ ਬੀਜਣੀ ਪੈਂਦੀ ਤਾਂ ਕਿ ਪਨੀਰੀ ਵੱਡੀ ਨਾ ਹੋ ਜਾਵੇ 25 ਮਈ 20 ਜੂਨ 25 ਮਈ ਤੋਂ ਲੈ ਕੇ 20 ਜੂਨ ਬੈਸਟ ਟਾਈਮ ਪਿਛਲੇ ਸਾਲਾਂ ਦੇ ਤਜਰਬੇ ਦੇ ਫੀਡਬੈਕ ਦੇ ਜਾਂ ਝਾੜ ਦੇ ਅਨੁਸਾਰ ਜਿਹੜਾ ਦੇਖਣ ਨੂੰ ਮਿਲਿਆ 15 ਜੂਨ ਤੋਂ ਲੈ ਕੇ 25 ਜੂਨ ਤੱਕ ਈਵਨ ਤੁਸੀਂ 30 ਜੂਨ ਤੱਕ ਕੁਝ ਕਿਸਾਨ ਵੀਰ ਜਿਹੜੇ ਲੇਟ ਹੋ ਜਾਂਦੇ ਆ ਉਹ ਅਗਸਤ ਦੇ ਪਹਿਲੇ ਹਫਤੇ ਤੱਕ ਵੀ ਇਹਦੀ ਟ੍ਰਾਂਸਪਲੈਂਟਿੰਗ ਆਪਾਂ ਕਰ ਸਕਦੇ ਹਾਂ ਸੋ ਤੁਸੀਂ 20 ਜੂਨ ਪਲੱਸ ਮਾਈਨਸ ਅੱਗੇ ਪਿੱਛੇ 5-7 ਦਿਨ ਕਰ ਸਕਦੇ ਆ ਇਹ ਬੈਸਟ ਟਾਈਮ ਆ ਕਿਸਾਨ ਵੀਰੋ ਜਿੰਨਾ ਗੇਤਾ ਤੁਸੀਂ ਜੇ ਜ਼ਿਆਦਾ ਗੇਤਾ ਲਾਉਂਗੇ ਤਾਂ ਇਹਦੇ ਵਿੱਚ ਤੁਹਾਨੂੰ ਕੁਆਲਿਟੀ ਦੇ ਝਾੜ ਦੇ ਵਿੱਚ ਦਿੱਕਤ ਆ ਸਕਦੀ ਹੈ ਜਿੰਨਾ ਤੁਸੀਂ ਜਿਹੜਾ ਹੈਗਾ ਜੁਲਾਈ ਦੇ ਵਿੱਚ ਇਹਦੀ ਟ੍ਰਾਂਸਪਲੈਂਟਿੰਗ ਕਰੋਗੇ ਕੁਆਲਿਟੀ ਤੇ ਝਾੜ ਬਹੁਤ ਵਧੀਆ ਮਿਲੂਗਾ ਟੋਟਾ ਘਟ ਆਊਗਾ ਸੋ ਕੋਸ਼ਿਸ਼ ਕਰੋ 15 ਜੂਨ 20 ਜੂਨ 22 25 ਜੂਨ ਤੱਕ ਤੁਸੀਂ ਜਿਹੜੇ ਸ਼ਿਫਟਾਂ ਦੇ ਵਿੱਚ ਜਿਆਦਾ ਰਗਵਾ ਲਾਉਣਾ ਤਾਂ ਉਹ ਉਸ ਹਿਸਾਬ ਨਾਲ ਜਿਹੜਾ ਹੈਗਾ ਤੁਸੀਂ ਉਹਦੀ ਬੀਜ ਦੀ ਬਜਾਈ ਦੀ ਮਿਤੀ ਚੁਣ ਸਕਦੇ ਆ ਜਿਹੜੀ ਸਿੱਧੀ ਬਜਾਈ ਆ ਉਹ ਕਿਉਂਕਿ ਇੱਕ ਜੂਨ ਤੋਂ ਜਿਹੜਾ ਸਹੀ ਟਾਈਮ ਹੁੰਦਾ ਹੈ ਜਿਹੜੀਆਂ ਦਰਮਿਆਨੇ ਵਾਲੀਆਂ ਕਿਸਮਾਂ ਉਹ 25 ਮਈ ਤੱਕ ਵੀ ਕਿਸਾਨ ਵੀਰ ਜਿਹੜੀ ਬਿਜਾਈ ਸ਼ੁਰੂ ਕਰ ਦਿੰਦੇ ਵੈਸੇ ਤੁਸੀਂ 1 ਤੋਂ 10 ਜੂਨ ਦੇ ਵਿੱਚ ਵਿੱਚ ਜਿਹੜੀ ਹੈਗੀ ਸਿੱਧੀ ਬਿਜਾਈ ਦਾ ਸਮਾਂ ਹੁੰਦਾ ਮਗਰੋਂ ਆ ਕੇ ਕਈ ਵਾਰ بارشਾਂ ਬਰਸ਼ਾਂ ਦੀ ਸਮੱਸਿਆ ਆ ਜਾਂਦੀ ਵੀ ਨਦੀਨ ਵਗੈਰਾ ਜ਼ਿਆਦਾ ਹੋ ਜਾਂਦੇ ਆ ਫਿਰ ਹੈਗਾ ਕਿ ਪਨੀਰੀ ਵੱਡੀ ਨਹੀਂ ਹੋਣੀ ਚਾਹੀਦੀ ਪਨੀਰੀ ਤੁਸੀਂ ਕੋਸ਼ਿਸ਼ ਕਰਨੀ ਹੈ ਦੀ 20 22 25 ਰੰਦੀ ਪਨੀਰੀ ਕਿਸਾਨ ਵੀਰ ਉਹ ਲਾ ਦੇਣੀ ਹੈ ਹੁਣ ਉਹ ਤਿਆਰ ਕਿਵੇਂ ਹੁੰਦੀ ਆ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਤਿਆਰ ਹੋ ਜਾਂਦੀ ਬਿਲਕੁਲ ਬਹੁਤ ਵਧੀਆ ਉਹਦੇ ਬਾਰੇ ਵੱਖਰੀ ਵੀਡੀਓ ਪਾਵਾਂਗੇ ਪਨੀਰੀ ਵੱਡੀ ਨਹੀਂ ਹੋਣ ਦੇਣੀ ਵੱਡੀ ਪਨੀਰੀ ਨੂੰ ਗੰਡਾ ਪੈ ਜਾਂਦੀਆਂ ਕਈ ਕਿਸਾਨ ਵੀਰ ਕਹਿੰਦੇ ਜੀ ਅਸੀਂ ਤਾਂ ਵੱਡੀ ਪਨੀਰੀ ਤੋਂ ਵੀ ਝਾੜ ਲੈ ਲੈਨੇ ਚਲੋ ਵਧੀਆ ਤੁਸੀਂ ਇਹ ਚਮਤਕਾਰ ਇਹ ਕਰ ਲੈਨੇ ਆਂ ਵੀ 35 40 ਦਿਨ ਦੀ PR 126 ਤੋਂ ਝਾੜ ਵਧੀਆ ਲੈ ਲਵੋ ਪਰ ਜਿੰਨੀ ਛੋਟੀ ਲਾਉਂਗੇ ਤੁਸੀਂ ਇਸ ਤੋਂ ਵੀ ਵਧੀਆ ਲੈ ਸਕਦੇ ਜਿੰਨਾਂ ਤੁਸੀਂ 35 40 ਤੋਂ ਲਿਆ ਅਗਲੀ ਗੱਲ ਇਹ ਵਿਰਲਾ ਨਹੀਂ ਲਾਉਣਾ ਬਹੁਤ ਜ਼ਿਆਦਾ ਕੋਸ਼ਿਸ਼ ਕਰੋ ਸੰਘਣਾ ਲਾਉਣਾ 33 ਬੂਟੇ ਪ੍ਰਤੀ ਵਰਗ ਮੀਟਰ ਦੀ ਸਿਫਾਰਸ਼ ਆ ਤੁਸੀਂ 25 28 ਵੀ ਕਰ ਲਓ ਬਹੁਤ ਵਧੀਆ ਗੱਲ ਆ ਕਈ ਕਿਸਾਨ ਵੀਰ ਕਹਿੰਦੇ ਜੀ ਸੰਘਣਾ ਲਾਉਣ ਦੇ ਨਾਲ ਜਿਹੜੀ ਹੈਗੀ ਸਮੱਸਿਆ ਆਉਂਦੀ ਆ ਸੰਗਣਾ ਲਾਉਣ ਨਾਲ ਸਮੱਸਿਆ ਨਹੀਂ ਆਉਂਦੀ ਤੁਸੀਂ ਵਿਰਲਾ ਝੋਨਾ ਲਾ ਕੇ ਉਹ ਚ ਫਿਰ ਯੂਰੀਆ ਜਿਹੜੀ ਆਪਾਂ ਠੋਕਦੇ ਆ ਉਹਦੇ ਨਾਲ ਸਮੱਸਿਆ ਆਉਂਦੀ ਆ ਬੂਟੇ ਸੰਗਣੇ ਲਾਓ ਯੂਰੀਆ ਰეკਮੈਂਡੇਸ਼ਨ ਅਨੁਸਾਰ ਪਾਓ ਬੂਟੇ ਹਸਾਬ ਸਿਰ ਲੈਣ ਬਹੁਤੇ ਜਿਹੜੇ ਇਹ ਫਲਾਉਟ ਨਹੀਂ ਲੈਣੀ ਆਪਾਂ ਬੂਟੇ ਦੀਆਂ ਜਿੰਨੀਆਂ ਕਿ ਵੀ ਸਖਾਵਾਂ ਹੋਣ ਉਹਦੇ ਵਿੱਚੋਂ ਜਿਹੜੀਆਂ ਮੁੰਜਰਾਂ ਨਿਕਲਣਗੀਆਂ ਉਹਨਾਂ ਦੇ ਦਾਣੇ ਨਿੱਗਰ ਤੇ ਭਾਰੇ ਹੋਣਗੇ ਤੇ ਝਾੜ ਬਹੁਤ ਵਧੀਆ ਹੋਊਗਾ ਇਹ ਗੱਲਾਂ ਤੁਸੀਂ ਨੁਕਤੇ ਆ ਜਿਹੜੇ ਉਹ ਪੱਲੇ ਬਨ ਲਓ ਪੱਲੇ ਬਨ ਲਓ ਕਿ ਬੀਜ ਦੀ ਸੋਧ ਨਿੱਗਰ ਵੀ ਚੰਗਾ ਵੀ ਪਨੀਰੀ ਦੀ ਬਜਾਈ ਦਾ ਟਾਈਮ ਚੋਨੇ ਦੀ ਲੋਵਾਈ ਦਾ ਟਾਈਮ ਪਨੀਰੀ ਬਹੁਤੀ ਵੱਡੀ ਨਹੀਂ ਹੋਣ ਦੇਣੀ ਸੰਘਣਾ ਲਾਉਣਾ ਕਈ ਵਾਰ ਆਪਾਂ ਕੀ ਹੁੰਦਾ ਕਿ ਜਿਵੇਂ ਆਮ ਚੋਨਾ ਪੂਸਾ 44 ਹੁੰਦਾ ਸੀ ਕੋ 4 ਕਿਲੋ ਨਾਲ ਕਿੱਲਾ ਲਾ ਲੈਂਦੇ ਸੀ ਇਹਦੇ ਵਿੱਚ ਘੱਟੋ ਘੱਟ 6 ਕਿਲੋ ਤੱਕ ਪਹੁੰਚੋ ਯੂਨੀਵਰਸਿਟੀ ਦਾ 8 ਕਿਲੋ ਤੱਕ ਕਰਦੀ ਆ ਪਰ 6 ਕਿਲੋ ਤੱਕ ਘੱਟੋ ਘੱਟ ਪਹੁੰਚੋ ਫਿਰ ਆਪਾਂ ਟੌਪ ਦਾ ਚਾੜ ਇਸ ਤੋਂ ਵੀ ਜ਼ਿਆਦਾ ਲੈ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ